ਪਾ ਕੁਛ ਅੱਧਾ ਵੱਡਾ ਹੋ ਗਿਆ ਦੋਣ ਵੱਟੇ ਬਣ ਕੇ ਬੈਠੇ ਨੂੰ ਤੇਰੇ ਮੂੰਹ ਤੇ ਮੁੱਛ ਓ ਜਿਹੜੇ ਮੁੱਛਣੀ ਉਹਦੇ ਕੁਛਣੀ ਪਰ ਕੁੜੀਆਂ ਦੇ ਮੂੰਹ ਤੇ ਮੁੱਛ ਤਾਂ ਚੰਗੀ ਨਹੀਂ ਲੱਗਦੀ ਕਿਹੜਾ ਭੈਣ ਜੋ ਕਹਿੰਦਾ ਆ ਕੁੜੀਆਂ ਦੀ ਪਰਸਨੈਲਿਟੀ ਮੁੱਛ ਨਾਲ ਹੁੰਦੀ ਹੈ ਨਾਲੇ ਲੋਕ ਸਮਝਦੇ ਨੇ ਕੁੜੀਆਂ ਨੂੰ ਅਬਲਾ ਕਮਜ਼ੋਰ ਨਾਰੀ ਤੈਨੂੰ ਮੈਂ ਕਹੇ ਬੰਨੋ ਅਬਲਾ ਕਮਜ਼ੋਰ ਮਸੂਮ ਨਾਰੀ ਲੱਗਦੀ ਆ ਮੈਂ ਸਮਝਿਆ ਨਹੀਂ ਵੇਖ ਪੁੱਗਿਆ ਜਦੋਂ ਸ਼ਾਮ ਨੂੰ ਪੰਜ ਲਿਟਲ ਲਿਟਲ ਪੈਗ ਲਾਈਦੇ ਆ ਨਾ ਤੇ ਹੱਥ 'ਚ ਫੜੀਦੀ ਆ ਲੱਤ ਉਹ ਡਰਨਾ ਮੇਰਾ ਮਤਲਬ ਹੈ ਮੁਰਗੇ ਦੀ ਲੱਤ ਮੁੱਛ ਮਰੋੜ ਕੇ ਜੋ ਪੀਂਦਾ ਸਵਾਦ ਆਉਂਦਾ ਨਾ ਉਹ ਮੈਂ ਕਹਿੰਦੀ ਆ ਗੱਲ ਹੀ ਵੱਖਰੀ ਹੈ ਪਰ ਤੁਸੀਂ ਆ ਪਹਿਲਾਂ ਤਾਂ ਮੁੱਛ ਨਹੀਂ ਸੀ ਰੱਖੀ ਉਹ ਕਮਲਿਆ ਮੈਨੂੰ ਤੇ ਆਪ ਹੁਣ ਪਤਾ ਲੱਗਾ ਮੈਨੂੰ ਸੂਟ ਹੀ ਨਹੀਂ ਕਰਦੀ ਹੈ ਮੈਂ ਕਹਿੰਦੀ ਆ ਥੈਂਕਸ ਆ ਕਰੋਨਾ ਦਾ ਜਿਹਦੇ ਕਰਕੇ ਆ ਪਾਰਲਰ ਬੰਦ ਹੋਏ ਕੁੜੀਆਂ ਨੂੰ ਮੁੱਛ ਰੱਖਣ ਦਾ ਮੌਕਾ ਮਿਲਿਆ ਮੈਂ ਕਹਿੰਦੀ ਆ ਹਰ ਕੁੜੀ ਹਰ ਜਨਾਨੀ ਨੂੰ ਨਾ ਮੁੱਛ ਰੱਖਣੀ ਚਾਹੀਦੀ ਆ ਪਰ ਤੁਸੀਂ ਪੈਗ ਵੀ ਲਾ ਲੈਂਦੇ ਹੋ ਪੁੱਛਿਆ ਹੀ ਕਿ ਸਲਾਹ ਮਾਰੀ ਹੋ ਮਤਲਬ ਜਿਹਦੇ ਪੁੱਛਿਆ ਹੀ ਫਿਰ ਰੋਜ਼ ਰੋਜ਼ ਨਹੀਂ ਬਸ ਕਦੀ ਕਦੀ ਆ ਵਿਆਹ ਸ਼ਾਦੀ ਫੰਕਸ਼ਨਾਂ ਤੇ ਪੀ ਲਈਦੀ ਆ ਛੁੱਟੀ ਹੀ ਤੇ ਸਾਡੀ ਰਿਸ਼ਤੇਦਾਰੀ ਆ 12 ਮੇਰੇ ਮਾਮੇ 14 ਮੇਰੀਆਂ ਮਾਸੀਆਂ ਆ 20 ਹੀ ਮੇਰੇ ਡੈਡੀ ਦੇ ਰਿਸ਼ਤੇਦਾਰ ਤੇ 35 ਮੇਰੀ ਸਹੇਲੀਆਂ ਤੇ 36 ਮੇਰੇ ਯਾਰ ਤੁਹਾਡੇ ਯਾਰ ਵੀ ਹੈ ਹਾਂ ਤੇ ਫਿਰ ਕੀ ਹੋਇਆ ਜੇ ਮੁੰਡਿਆਂ ਦੀਆਂ ਸਹੇਲੀਆਂ ਹੋ ਸਕਦੀਆਂ ਤੇ ਸਾਡੇ ਯਾਰ ਨਹੀਂ ਹੋ ਸਕਦੇ ਵਿਆਹ ਤੋਂ ਬਾਅਦ ਰੋਟੀ ਰੋਟੀ ਵੀ ਬਣਾ ਲੈਂਦੇ ਹੋ ਤੈਨੂੰ ਰੋਟੀ ਬਣਾਉਣੀ ਆਉਂਦੀ ਹੈ ਨਹੀਂ ਮੈਨੂੰ ਵੀ ਨਹੀਂ ਆਉਂਦੀ ਕੱਪੜੇ ਧੋ ਲੈਣਾ ਨਹੀਂ ਮੈਂ ਵੀ ਨਹੀਂ ਧੋਂਦੀ ਸਫਾਈ ਕਰ ਲੈਣਾ ਨਹੀਂ ਮੈਂ ਵੀ ਨਹੀਂ ਕਰਦੀ ਅੱਛਾ ਸੁਣ ਪੈਗ ਲਾ ਲੈਣਾ ਕਦੇ ਕਦੇ ਪੀ ਲਈਦੀ ਆ ਜੀ ਮੈਂ ਵੀ ਲਾ ਲੈਣੀ ਆ ਪੈਗ ਲਾ ਕੇ ਬੜਕ ਮਾਰ ਲੈਣਾ ਮਾਰ ਹੀ ਲਈਦੀ ਆ ਬਸ ਮੇਰਾ ਆਪਣੇ ਦਾ 36 ਦਾ 36 ਕੋਲ ਮਿਲ ਗਿਆ ਰਿਸ਼ਤਾ ਪੱਕਾ 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 ਮੈਂ ਮਾਤਾ ਨੂੰ ਬੁਲਾਉਣੀ ਆ ਆ ਮਾਤਾ ਜੀ ਆ ਜਾ ਰਿਸ਼ਤਾ ਪੱਕਾ ਹੋ ਗਿਆ ਜੇ ਲੱਭ ਗਏ ਨੇ ਤੁਹਾਡਾ ਜਵਾਈ ਆ ਜਾ ਮਾ ਸਦਕੇ ਵਧਾਈਆਂ ਹੁਣ ਜਿੰਦੀ ਰਹਿ ਧੀਏ ਜਿੰਦੀ ਰਹਿ ਜਿਉਂਦਾ ਰਹਿ ਪੁੱਤ ਜਿਉਂਦਾ ਰਹਿ ਬਹਿ 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 ਜਾ ਮੇਰੇ ਪੁੱਤ ਇਹ ਤਾਂ ਬੜੀ ਵਧੀਆ ਖੁਸ਼ਖਬਰੀ ਸੁਣਾਈ ਮੈਨੂੰ ਹੈ ਅੱਛਾ ਪੈਸੇ ਆ ਗਏ ਹਾਂਜੀ ਹਾਂਜੀ ਲਿਆ ਦੇਖਾ 100 ਰੁਪਏ ਦੇ ਆ ਲਓ ਜੀ ਲੈ ਪੁੱਤ ਸਾਡੇ ਵੱਲੋਂ ਗੱਲਬਾਤ ਲੈ ਧੀਏ ਤੂੰ ਵੀ ਮੈਂ ਵਾਲੇ ਮੈਂ ਸਦਕੇ